पंजाब के पठानकोट में शिवसेना पंजाब की ओर से एक श्रद्धांजलि समारोह में स्वर्गीय मुख्यमंत्री बेअ सिंह को श्रद्धांजलि अर्पित की गई। इस दौरान शिवसेना पंजाब के उत्तर भारत प्रमुख सतीश महाजन ने बताया कि श्री बेअ सिंह जी का पंजाब से आतंकवाद खत्म करने में अहम किरदार था उन्होंने कभी भी आतंकवादियों के साथ समझौता नहीं किया साथ ही उन्होंने भारत सरकार और पंजाब सरकार से अपील की है कि जल्द से जल्द आरोपी को गिरफ्तार कर भारत लाए जाए उस पर देशद्रोह का मुकदमा दर्ज हो और फांसी दी जाए साथ ही उन्होंने जांच की मांग भी की है आज शिवसेना पंजाब के कार्यालय पठानकोट में आतंकवादी खालिस्तानी भी सौ भी रिफेंडम बढ़ावा देने वाला पुनु जोड़ा बाहर फॉरन के बैठा और इतों के साडे नौजवान बच्चों ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਨੂੰ ਅਤਵਾਦੀ ਭਾਸ਼ਾ ਭੜਾਉਂਦਾ ਇਸ ਵਿਅਕਤੀ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਮਾਨਮੋਗ ਪ੍ਰਧਾਨ ਮੰਤਰੀ ਸਾਹਿਬ ਕਰਨ ਔਰ ਇਹਨੂੰ ਗ੍ਰਿਫਤਾਰ ਕਰਕੇ ਪੰਜਾਬ ਦੇ ਵਿੱਚ ਲਿਆਉਣ ਔਰ ਅਗਰ ਇਹਨਾਂ ਮਾਂ ਦਾ ਦੁੱਧ ਪੀਤਾ ਤਾਂ ਕਿਹੜਾ ਵੀ ਚੈਲੰਜ ਕਰਨਾ ਪੰਜਾਬ ਜਾ ਕੇ ਕਰੇ ਇੱਥੋਂ ਭੱਜ ਕੇ ਕੈਨੇਡਾ 'ਚ ਬਹਿ ਕੇ ਤੂੰ ਜਾ ਕੇ ਨੌਜਵਾਨਾਂ ਨੂੰ ਭੜਕਾਉਣਾ ਅੱਜ ਉਹਦਾ ਹੀ ਇੱਥੇ ਮਰਦਾਬਾਦ ਕੀਤਾ ਪਰ ਉਹਦਾ ਬੁਦਲਾ ਫੁਕਿਆ ਗਿਆ ਔਰ ਅੱਤਵਾਦੀਆਂ ਨੂੰ ਚੇਨੇ ਜਵਾਨਾਂ ਵਾਲੇ ਸਾਡੇ ਪੂਰੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਜੀ ਉਹਨਾਂ ਨੂੰ ਅੱਜ ਦਫ਼ਤਰ ਦੇ ਵਿੱਚ ਸ਼ਰਧਾਂਜਲੀ ਦਿੱਤੀ ਗਈ ਹੈ ਔਰ ਖਾਲਿਸਤਾਨ ਦੀ ਮੰਗ ਕਰਨ ਵਾਲਾ ਪੁੰਨੂ ਉਹਨੂੰ ਸ਼ਰਮ ਜੁੱਤੀਆਂ ਮਾਰ ਕੇ ਤੇ ਪੋਸਟਰ ਦੇ ਉੱਤੇ ਉਹਨੂੰ ਜਲਾਇਆ ਗਿਆ ਅੱਤਵਾਦ ਮਰਦਾਬਾਦ 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 ਖਾਲਿਸਤਾਨ ਮਰਦਾਬਾਦ 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 ਪੁੰਨੂ ਮਰਦਾਬਾਦ 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 ਅੱਜ ਕੱਤੀ ਤਰੀਕ ਨੂੰ ਬੰਦ ਹੋਾਸ ਤੋਂ ਕਿਹਾ ਇਹ ਸ਼ਹਿਰ ਇੱਕ ਬੜਾ ਅਮਨਪ੍ਰੀਅ ਸ਼ਹਿਰ ਆ ਔਰ ਸਾਡੇ ਪੰਜਾਬ ਵਿੱਚ ਪੂਰੀ ਸ਼ਾਂਤੀ ਆ ਇਹੋ ਜਿਹੇ ਲੋਕ ਨਾ ਗੜਬੜ ਕਰਨ ਤੇ ਕੋਈ ਬੰਦ ਦੀ ਜ਼ਰੂਰਤ ਨਹੀਂ ਪੈਂਦੀ ਅਸੀਂ ਸਵੇਰੇ ਬਾਜ਼ਾਰਾਂ 'ਚ ਗਏ ਆ ਲੋਕਾਂ ਨੇ ਅਪੀਲ ਕੀਤੀ ਸੀ ਕੱਲ ਹੀ ਕਿਸੇ ਨੇ ਵੀ ਆਪਣੀ ਦੁਕਾਨ ਬੰਦ ਨਹੀਂ ਕੀਤੀ ਇਹ ਹਿੰਦੂ ਸਿੱਖ ਦਾ ਇੱਕ ਸਾਂਝਾ ਅਸਾ ਸ਼ਹਿਰ ਆ ਜਿੱਥੇ ਸਰਦਾਰ ਕੇਸਰ ਸਿੰਘ ਵਰਗੇ ਜਥੇਦਾਰ ਪੈਦਾ ਹੋਏ ਨਾ ਇਹ ਉਹ ਧਰਤੀ ਆ ਜਿਨ੍ਹਾਂ ਨੂੰ ਸਾਰੇ ਹਿੰਦੂ ਵੀ ਔਰ ਸਿੱਖ ਵੀ ਨਮਨ ਕਰਦੇ ਨੇ ਅੱਜ ਉਹਨਾਂ ਦੇ ਮਾਰਗ ਉੱਤੇ ਹੀ ਅਸੀਂ ਜੜਿਆ ਸਾਡਾ ਆਫਿਸ ਆ ਇੱਥੇ ਹੀ ਉਹਦਾ ਪਤਲਾ ਫੂਕਿਆ ਗਿਆ